ਕਿਸਾਨ ਅੰਦੋਲਨ ਦੌਰਾਨ ਇੱਕ ਨੌਜਵਾਨ ਸ਼ੁਭਕਰਨ ਜਾਨ ਗਵਾ ਦਿੰਦਾ ਹੈ ਖਨੋਰੀ ਬੋਰਡ ਤੇ ਜਿਸ ਵੇਲੇ ਤੜਾਹ ਪੈਦਾ ਹੁੰਦਾ ਤਾਂ ਉਸ ਵੇਲੇ ਦੱਸਿਆ ਜਾਂਦਾ ਹੈ ਕਿ ਸ਼ੁਭਕਰਨ ਦੇ ਗੋਲੀ ਲੱਗਦੀ ਹੈ ਹਰਿਆਣਾ ਪੁਲਿਸ ਤੇ ਇਲਜ਼ਾਮ ਲੱਗਦਾ ਕਿ ਉਸ ਤੇ ਇੱਕ ਗੋਲੀ ਵੱਜੀ ਜਿਸ ਦੇ ਨਾਲ ਸ਼ੁਭਕਰਨ ਦੀ ਮੌਤ ਹੋ ਗਈ ਲਗਾਤਾਰ ਸੰਘਰਸ਼ ਕੀਤਾ ਗਿਆ ਇਸ ਮਾਮਲੇ ਦੇ ਵਿੱਚ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਹੋਈ ਆਖਰਕਾਰ ਪਰਚਾ ਦਰਜ ਕੀਤਾ ਗਿਆ 302 ਕਤਲ ਦੀ ਧਾਰਾ ਦੇ ਤਹਿਤ ਅੱਜ ਸ਼ੁਭਕਰਨ ਦੀ Laash ਨੂੰ ਪਿੰਡ ਲਿਆਂਦਾ ਜਾ ਰਿਹਾ ਹੈ ਉਸਦੇ ਘਰ ਦੇ ਬਾਹਰ ਅਸੀਂ ਇਸ ਵੇਲੇ ਮੌਜੂਦ ਹਾਂ ਇਹ ਸ਼ੁਭਕਰਨ ਦਾ ਘਰ ਹੈ ਔਰ ਘਰ ਦੇ ਬਾਹਰ ਲੱਗਾ ਇਹ ਬੈਨਰ ਇਹ ਪੋਸਟਰ ਤੁਹਾਨੂੰ ਸਪੱਸ਼ਟ ਕਰ ਦੇਵੇਗਾ ਕਿ ਸ਼ੁਭਕਰਨ 21/2/2024 ਨੂੰ ਖਨੋਰੀ ਬਾਰਡਰ ਵਿਖੇ ਹਰਿਆਣਾ ਪੁਲਿਸ ਦੀ ਗੋਲੀ ਨਾਲ ਸ਼ਹੀਦ ਹੋਏ ਦੋ ਭੈਣਾਂ ਦੇ ਇਕਲੌਤੇ ਭਰਾ ਸ਼ੁਭਕਰਨ ਸਿੰਘ ਉਮਰ ਮਹਿਜ਼ 23 ਸਾਲ ਪਿੰਡ ਬੱਲੋ ਉਠਿੰਡਾ ਤਾਂ ਉਸ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਇਹ ਬੋਰਡ ਕਿਸਾਨ ਜਥੇਬੰਦੀਆਂ ਦੇ ਵੱਲੋਂ ਲਾਇਆ ਗਿਆ ਪਿੰਡ ਦੇ ਬਾਹਰ ਬਾਹਰ ਇੱਕ ਘਰ ਹੈ ਇੱਥੋਂ ਥੋੜੀ ਦੂਰ ਸ਼ਮਸ਼ਾਨ ਹੈ ਜਿੱਥੇ ਉਸ ਦਾ ਅੰਤਿਮ ਸੰਸਕਾਰ ਕੀਤਾ ਜਾਣਾ ਹੈ ਸ਼ਮਸ਼ਾਨ ਦੇ ਬਾਹਰ ਇੱਕ ਵੱਖਰੀ ਜਗ੍ਹਾ ਜਿਹੜੀ ਹੈ ਉਹ ਪਿੰਡ ਦੇ ਵੱਲੋਂ ਰੱਖੀ ਗਈ ਹੈ ਦਿੱਤੀ ਗਈ ਹੈ ਔਰ ਉਸੇ ਜਗ੍ਹਾ ਤੇ ਉਸ ਤੋਂ ਬਾਅਦ ਸ਼ੁਭਕਰਨ ਦੀ ਯਾਦ ਸਥਾਪਿਤ ਕੀਤੀ ਜਾਵੇਗੀ ਕਿਉਂਕਿ ਸ਼ੁਭਕਰਨ ਨੇ ਅੱਜ ਆਪਣੀ ਜਾਨ ਗਵਾਈ ਹੈ ਔਰ ਸ਼ੁਭ ਕਰਨ ਦੇ ਨਾਂ ਤੇ ਹੁਣ ਇਸ ਪਿੰਡ ਵੱਲੋਂ ਨੂੰ ਜਾਣਿਆ ਜਾਣ ਲੱਗਾ ਕਿਸਾਨ ਆਗੂ ਲਗਾਤਾਰ ਇੱਥੇ ਪਹੁੰਚ ਰਹੇ ਨੇ ਕਿਵੇਂ ਦੇਖ ਦਿਓ ਜੀ ਇੱਕ ਨੌਜਵਾਨ ਇਸ ਸੰਘਰਸ਼ ਦੇ ਦੌਰਾਨ ਉਸ ਦੀ ਜਾਨ ਤਰੀ ਮਾਤਾ ਨੂੰ ਉਸ ਇਸ ਪਵਿੱਤਰ ਧਰਤੀ ਤੇ ਜਿੱਥੇ ਜਨਮ ਲਿਆ ਜੋਦੇ ਨੇ ਉਹ ਭਾਰਤ ਦੇ ਕਿਸਾਨਾਂ ਦਾ ਮਸੀਹਾ ਬਣ ਕੇ ਇਸ ਕਿਸਾਨ ਡੋਲਰ ਦੀ ਇੱਕ ਤੁਰਾ ਬਣ ਕੇ ਜਿੱਤ ਵੱਲੇ ਇਹਦੀ ਕੁਰਬਾਨੀ ਜਾ ਰਹੀ ਹੈ ਸੋ ਅਸੀਂ ਸ਼ੁਭ ਕਰਮ ਦਾ ਨਾਂ ਹੀ ਐਸਾ ਪਵਿੱਤਰ ਇਹਨਾਂ ਦੀ ਮਾਤਾ ਨੇ ਰੱਖਿਆ ਹੈ ਜਿਹੜਾ ਕਿ ਦੁਨੀਆ ਦੇ ਵਿੱਚ ਇਤਿਹਾਸ ਦੇ ਵਿੱਚ ਦਰਜ ਹੋ ਗਿਆ ਸੋ ਥੋੜੇ ਦਿਨਾਂ ਅੱਜ ਮੈਨੂੰ ਥੋੜਾ ਲੇਟ ਮੈਂ ਖਨੌਰੀ ਨਹੀਂ ਗਿਆ ਉੱਥੇ ਦੱਲੇਵਾਲ ਸਾਹਿਬ ਲੈ ਕੇ ਆਵੇ ਤੁਸੀਂ ਘਰ ਪਹੁੰਚੋ ਤੇ ਅੱਜ ਅਸੀਂ ਭਰੇ ਮਾਨ ਨਾਲ ਸਾਰੇ ਭਾਰ ਦੇ ਕਿਸਾਨਾਂ ਵੱਲੋਂ ਸਰਧਾਂਜਲੀ ਉਸ ਨੌਜਵਾਨ ਨੂੰ ਦੇਣ ਆਏ ਆ ਤੇ ਅਸੀਂ ਇੱਥੇ ਪ੍ਰਣ ਕਰਾਂਗੇ ਇਸ ਪਵਿੱਤਰ ਧਰਤੀ ਤੇ ਇਸ ਘਰ ਦੇ ਵਿੱਚ ਇਹਦੀ ਛੇਦੀ ਇਹਦਾ ਜਿਹੜਾ ਇਰਾਦਾ ਜੋ ਰਾਦਾ ਲੈ ਕੇ ਉੱਥੇ ਗਿਆ ਖਲੋਰੀ ਅਸੀਂ ਜਿੱਤ ਕੇ ਫਿਰ ਇਸ ਘਰ ਦੇ ਵਿੱਚ ਆ ਕੇ ਪਰਿਵਾਰ ਦਾ ਸਨਮਾਨ ਕਰਾਂਗੇ ਔਰ ਇਹਦੀ ਕੁਰਬਾਨੀ ਜਿਹੜੀ ਇਹ ਨਰਿੰਦਰ ਮੋਦੀ ਹੰਕਾਰੀ ਪ੍ਰਧਾਨ ਮੰਤਰੀ ਐਂਕਰਵਾਜ ਇਹ ਤੇ ਆਪਣੇ ਸਬਰ ਦਾ ਪਿਆਲਾ ਤੇ ਕਿਸਾਨਾਂ ਦਾ ਇਹ ਦੇ ਰਹੀਂ ਨੌਜਵਾਨ ਰਹੀਂ ਆਪਣੇ ਪੱਤਨ ਬਣੇਗਾ ਬੀਜੇਪੀ ਦਾ ਸੋ ਬੜੇ ਭਰੇ ਮਨ ਨਾਲ ਅੱਜ ਮੇਰੇ ਤੋਂ ਬੋਲਿਆ ਨਹੀਂ ਜਾਂਦਾ ਮੈਂ ਬਜ਼ੁਰਗ ਬੰਦਾ 83 ਸਾਲ ਦੀ ਉਮਰ ਹੈ ਮੈਂ 42 ਸਾਲ ਕਿਸਾਨ ਦੋਲਣੇ ਅੱਜ ਹੱਕੀ ਮੰਗਾਂ ਵਾਸਤੇ ਜਿਹੜੇ ਜਾ ਰਹੇ ਸੀ ਲੋਕ ਅੱਜ ਸਾਡੇ 300 ਤੋਂ ਵੱਧ ਲੋਕ ਫਟੜੜ ਹੋ ਗਏ ਔਰ ਇਹ ਕਿਸਾਨ ਨੌਜਵਾਨ ਦੇ ਸੀਨੇ ਵਿੱਚ ਗੋਲੀਆਂ ਜਿਹੜੀਆਂ ਮਾਰੀਆਂ ਨੇ ਅਸੀਂ ਭੁੱਲ ਨਹੀਂ ਸਕਦੇ ਪੂਰਾ ਦੇਸ਼ ਦਾ ਕਿਸਾਨ ਨਹੀਂ ਭੁੱਲ ਸਕਦਾ ਅਸੀਂ ਇਹਦਾ ਬਦਲਾ ਜਿੱਤ ਦੇ ਵਿੱਚ ਬਦਲਾਗੇ ਕਿ ਜੇ ਤੁਹਾਡੀ ਲਗਾਤਾਰ ਗੱਲਬਾਤ ਵੀ ਚੱਲ ਰਹੀ ਹੈ ਪ੍ਰਸ਼ਾਸਨ ਦੇ ਨਾਲ ਸਿਸਟਮ ਦੇ ਨਾਲ ਤੇ ਜਦੋਂ ਸੜਕਾਂ ਤੇ 20 21 21 ਸਾਲ ਦੇ ਨੌਜਵਾਨਾਂ ਨੂੰ ਸੰਘਰਸ਼ ਕਰਨਾ ਪਵੇ ਜਾਨ ਗਵਾਉਣੀ ਪਵੇ 84 84 ਸਾਲ ਦੇ ਬਜ਼ੁਰਗਾਂ ਨੂੰ ਸੰਘਰਸ਼ ਕਰਨਾ ਪਵੇ ਐਸੇ ਹਾਲਾਤਾਂ ਦੇ ਵਿੱਚ ਸਰਕਾਰ ਨਾਲ ਜਿਹੜੀ ਗੱਲਬਾਤ ਚੱਲ ਰਹੀ ਹੈ ਕੋਈ ਲੱਗਦਾ ਹੈ ਕਿ ਤਨ ਪੱਤਰ ਗੱਲ ਲੱਗਦੀ ਹੈ ਇਹ ਲੰਮੇ ਸਮੇਂ ਕਿਸਾਨ ਅਸਲ ਜੰਡੇ ਤੇ ਦੇ ਭਾਰ ਸਰਕਾਰ ਦੇ ਸਰਕਾਰ ਆਉਂਦੀਆਂ ਜਾਂਦੀਆਂ ਨੇ ਕਰੇ ਜਾਂਦੇ ਨੇ ਆ ਜਾਂਦੇ ਨੇ ਫਿਰ ਵੋਟਾਂ ਪਾ ਕੇ ਅਸੀਂ ਨਵੇਂ ਬੰਦੇ ਭੇਜ ਦਿੰਦੇ ਆ ਤੇ ਜਿਹੜੇ ਵਿਸ਼ਵਾਸ ਦਾ ਭੇਜਦੇ ਆ ਸਾਡਾ ਵਿਸ਼ਵਾਸ ਇਹਨਾਂ ਲੋਕਾਂ ਨੇ ਤੋੜਿਆ ਔਰ ਸਭ ਤੋਂ ਜ਼ਿਆਦਾ ਮਿਰਦਰ ਮੋਦੀ ਨੇ ਤੋੜਿਆ ਵਾਦਾ ਕਰਕੇ ਐਮ ਐ ਸੁਆਮੀ ਨਾਥਨ ਵਾਲਾ ਸੁਪਰੀਮ ਕੋਰਟ 'ਮੈਂ ਕੇਸ ਲੜ ਰਿਹਾ ਹਾਂ' ਉਹਦੇ 'ਚ ਵਾਦਾ ਖਿਲਾਫੀ ਕੀਤੀ ਜਿਹੜਾ ਦੋਲਨ ਸਾਲ ਤੋਂ ਵੱਧ ਚੱਲਿਆ ਲੱਖਾਂ ਲੋਕਾਂ ਨੇ ਬੀਬੀਆਂ ਨੇ ਉੱਥੇ ਲੰਗਰ ਲਾਏ ਫਿਰ ਲਿਖਤੀ ਜਿਹੜਾ ਸਮਝੌਤਾ ਹੈ ਹੋਰ ਨਵੀਂ ਮੰਗਤਾ ਸੀ ਪਾਇ ਦੇ ਡੱਲੇਵਾਲ ਸਾਹਿਬ ਜਾਂ ਭਨੇਰ ਸਾਹਿਬ ਜਾ ਰਹੇ ਨੇ ਔਰ ਮੈਂ ਤਾਂ ਸਜੁੱਤ ਕਿਸਾਨ ਮੋਰਚੇ ਵਿੱਚ ਬੈਠਾ ਸੀ ਮੇਰੀ ਆਤਮਾ ਮੰਨੀ ਵੀ ਭਾਵੇਂ ਮੈਂ ਉਧਰ ਆਜ ਮੇਰੇ ਬੱਚਿਆਂ ਨੂੰ ਗੋਲੀਆਂ ਵੱਜਰੀਆਂ ਨੇ ਮੈਂ ਆਪਣੀ ਆਤਮਾ ਦੀ ਬਾਜ ਨਾਲ ਮੈਂ ਉਧਰ ਤੋਂ ਬੈਠਾ ਔਰ ਮੈਂ ਹਮਾਇਤ ਨਹੀਂ ਇਹ ਦੌਲਤ ਦਾ ਮੈਂ ਛਪਾਈ ਆ ਮੈਂ ਇਸ ਦਾ ਤੁਰਾਂ ਔਰ ਮੈਨੂੰ ਅੱਜ ਬਹੁਤ ਫਖਰ ਨਾਲ ਮੈਂ ਕਹਿ ਸਕਦਾ ਇਹੋ ਜਿਹੇ ਗੱਪਰੂ ਜਦੋਂ ਛੀਦੀ ਪਾਜਨ ਔਰ ਗਰੀਬ ਘਰਾਂ ਦੇ ਬੱਚੇ ਜਿੰਨਾਂ ਨੇ ਇਨਕਲਾਬ ਲਿਆਂਦਾ ਇਤਿਹਾਸ ਪੜੋ ਇਹਨਾਂ ਝੁੱਗੀਆਂ ਵਿੱਚ ਕਿਸੇ ਵੱਡੀਆਂ ਮੱਲਾਂ ਵਿੱਚੋਂ ਨਹੀਂ ਇਨਕਲਾਬੀ ਜੋਧੇ ਪੈਦਾ ਹੋਏ ਇਹਨਾਂ ਮੱਲਾਂ ਵਿੱਚੋਂ ਝੁੱਗੀਆਂ ਵਿੱਚ ਪੈਦਾ ਹੋਏ ਨੇ ਔਰ ਜਿਹੜਾ ਇਹ ਪੁੱਤਰ ਇਹਦਾ ਅਸੀਂ ਬੰਡ ਪਾਵਾਂਗੇ ਅਸੀਂ ਜਿੱਤ ਕੇ ਅਸੀਂ ਇਹਦੀ ਲੜਾਈ ਹਦੂਰੀ ਜਿੱਤ ਕੇ ਫਿਰ ਇਹਨਾਂ ਬੱਚਿਆਂ ਵਿੱਚ ਇਸ ਪਰਿਵਾਰ ਵਿੱਚ ਇਸ ਸੰਗਤ ਵਿੱਚ ਇਸ ਪੰਚਾਇਤ ਵਿੱਚ ਆਵਾਂਗੇ ਆਪਣੇ ਜਿਹੜਾ ਸਾਡਾ ਤਾਂ ਨਾਰਾ ਹੈ ਇੰਦਾ ਜਿਹੜਾ ਸੋਚ ਹੈ ਅਸੀਂ ਚਾਇਆ ਨਹੀਂ ਜਾਂਦੇ ਅਗੇ ਅਸਲੀ ਸ਼ਰਧਾਂਜਲੀ ਤੁਹਾਡੇ ਮੁਤਾਬਕ ਉਦੋਂ ਹੀ ਹੋਏਗੀ ਜਦੋਂ ਜਿੱਤ ਕੇ ਆਉਂਗੇ ਜਿੱਤ ਕੇ ਆਵੇ ਅਸੀਂ ਉੱਥੇ ਤਰ੍ਹਾਂ ਜਿਵੇਂ ਅੱਜ ਸਾਡੇ ਸਾਰੇ ਲੀਡਰ ਆ ਰਹੇ ਨੇ ਦੋਵੇਂ ਬਾਰਡਰਾਂ ਤੋਂ ਉੱਠ ਕੇ ਆ ਰਹੇ ਨੇ ਮੈਨੂੰ ਕਵੇੜੇ ਪਤਾ ਲੱਗਾ ਫਿਰ ਡੱਲੇਵਾਲ ਸਾਹਿਬ ਨੇ ਕਿਹਾ ਵੀ ਤੁਸੀਂ ਹੁਣ ਉੱਥੇ ਨਹੀਂ ਪਹੁੰਚ ਸਕਦੇ ਤੁਸੀਂ ਸਿੱਧੀ ਚਲੋ ਤਾਂ ਪਹੁੰਚੇ ਨੇ ਜੀ ਪਰਿਵਾਰ ਤੁਸੀਂ ਮਿਲ ਲਓ ਪਰਿਵਾਰ ਭੈਣਾਂ ਬੇਟੀਆਂ ਨੇ ਕਹਿੰਦਾ ਬੱਚੀ ਨੂੰ ਮਿਲ ਕੇ ਗਿਆ ਉਹਦੀ ਦਾਦੀ ਨੂੰ ਮਿਲ ਕੇ ਗਿਆ ਆ ਸਾਰੀ ਸੰਗਤ ਮੇਰੇ ਵਿੱਚ ਸੀ ਤੇ ਮੈਂ ਕੱਲ ਆਇਆ ਸੀ ਕੱਲ ਵੀ ਭਰੇ ਮਨ ਨਾਲ ਗਿਆ ਚਲੋ ਅੱਜ ਰਾਤ ਕੁਝ ਸਾਨੂੰ ਜਿਹੜੀ ਸਾਡੀ ਮੰਗ ਸੀ ਪਤੋਚਿਆ ਦੇ ਖਿਲਾਫ ਮੈਂ ਇਸ ਪਰਿਵਾਰ ਦੇ ਅੱਗੇ ਮੈਂ ਬਜ਼ੁਰਗ ਦੇਸ਼ ਦਾ ਕਿਸਾਨ ਆਗੂ ਆ ਮੈਂ ਫਿਰ ਇਸ ਗੱਲ ਕਿਖਾਦਾ ਇਹਨਾਂ ਨੇ ਕਿਹਾ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਸਾਨੂੰ ਇਨਸਾਫ ਚਾਹੀਦਾ ਜਿਹੜੇ ਪੁੱਤਰ ਸਾਡੇ ਨੂੰ ਗੋਲੀਆਂ ਵਧੀਆਂ ਨੇ ਉਹ ਦੋਸ਼ੀ ਚਾਹੀਦੇ ਨੇ ਅਸੀਂ ਉਹਦੇ ਵਿੱਚ ਇਹਨਾਂ ਦੇ ਸਹਿਯੋਗ ਨਾਲ ਅਸੀਂ ਇਕੱਲੇ ਕੁਝ ਨਹੀਂ ਕਰ ਸਕਦੇ ਜੇ ਪਰਿਵਾਰ ਨੇ ਸਹਿਯੋਗ ਦਿੱਤਾ ਦਿੜਤਾ ਨਾਲ ਦਿੱਤਾ ਵੀ ਅਸੀਂ ਲਾਲਚ ਵਾਲੇ ਬੰਦੇ ਨਹੀਂ ਅਸੀਂ ਉਸ ਧਰਤੀ ਤੋਂ ਬੱਚਾ ਪੈਦਾ ਕੀਤਾ ਜਿਹੜਾ ਇਨਕਲਾਬੀ ਯੋਧਿਆਂ ਦੀ ਧਰਤੀ ਹੈ ਤੇ ਅਸੀਂ ਕਰੋੜ ਰੁਪਈਆ ਸਾਡੇ ਵਾਸਤੇ ਤੋਛੇ ਔਰ ਅਸੀਂ ਵੀ ਇਹਨਾਂ ਦਾ ਪ੍ਰਣ ਕੀਤਾ ਵੀ ਜੇ ਪਰਚਾ ਦਰਜ ਨਹੀਂ ਹੁੰਦਾ ਤੇ ਅਸੀਂ ਕਰੋੜ ਰੁਪਈਆ ਭਾਵੇਂ ਝੋਲੀ ਅੱਡ ਕੇ ਆਪਣੇ ਕੱਲ ਸਾਡਾ ਵਿਦੇਸ਼ਾ ਤੋਂ ਇੱਕ ਬੰਦਾ ਅਸੀਂ ਦਾਦੀ ਮਾਂ ਨਾਲ ਗੱਲ ਕਰਾਈ ਪੁੱਤਰੀ ਨਾਲ ਗੱਲ ਕਰਾਈ ਔਰ ਸਾਰੀ ਦੁਨੀਆ ਇਸ ਕੁਰਬਾਨੀ ਅੱਗੇ ਸੀਸ ਝੁਕਾ ਰਹੀ ਹੈ ਬਹੁਤ ਪਾਵਾਂਗੇ ਤਾਂ ਸ਼ੁਭਕਰਨੇਸ਼ ਕਹਿੰਦੇ ਨੇ ਸ਼ਹਾਦਤ ਦਿੱਤੀ ਆ ਉਸ ਸੰਘਰਸ਼ ਦੇ ਲਈ ਇਹ ਪਰਿਵਾਰ ਛੋਟੀ ਭੈਣ ਬੈਠੀ ਹੈ ਦੂਜੀ ਭੈਣ ਬੈਠੀ ਆ ਬਜ਼ੁਰਗ ਦਾਦੀ ਬੈਠੀ ਆ ਔਰ ਇਸ ਪਰਿਵਾਰ ਦੀ ਕੁਰਬਾਨੀ ਆ ਤਾਂ ਬਜ਼ੁਰਗ ਕਿਸਾਨ ਆਗੂ ਪਹੁੰਚੇ ਨੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਕਿਉਂਕਿ ਇੱਕ ਜਵਾਨ ਪੁੱਤ ਜਿਸ ਘਰ ਦਾ ਗਿਆ ਹੋਵੇ ਭਾਰਤ ਦੇ ਯੋਧੇ ਨੇ ਜਨਮ ਲਿਆ ਔਰ ਇਸ ਝੁੱਗੀ ਚੋਂ ਇਨਕਲਾਬ ਦੇਸ਼ ਦੇ ਕਿਸਾਨਾਂ ਨੂੰ ਮਿਲੇਗਾ ਬਹੁਤ ਵੱਡੀ ਗੱਲ ਹੈ ਸ਼ਹੀਦ ਬੜੇ ਅਸੀਂ ਦਿੱਤੇ ਉੱਥੇ 700 ਵੀ ਮਾਰ ਕੇ ਆਏ ਪਰ ਇਸ ਗੱਬਰੂ ਦੇ ਪਤਾ ਨਹੀਂ ਤਪੱਸਿਆ ਕੀ ਹੋ ਜੀ ਮਾਦੀ ਕੋ ਖੇਚੋ ਜਨਮ ਲਿਆ ਅੱਜ ਦੁਨੀਆ ਦੀਆਂ ਪਾਰਲੀਮੈਂਟਾਂ ਵਿੱਚ ਵੱਡੇ ਵੱਡੇ ਮੁਲਕਾਂ ਦੇ ਲੋਕ ਸਾਡੀ ਸਮਾਈਤੇ ਆ ਗਏ ਹਾ ਦਾ ਨਾਰਾ ਮਾਰ ਰਹੇ ਨੇ ਇਹਦੀ ਚਿੰਦੀ ਕਰਾਇਆ ਨੇ ਬਹੁਤ ਤਾਂ ਕਹਿੰਦੇ ਨੇ ਜੀ ਸ਼ਹਾਦਤ ਅਜਾਈ ਨਹੀਂ ਜਾਏਗੀ ਛੋਟੀ ਭੈਣ ਬੈਠੀ ਆ ਵੱਡੀ ਭੈਣ ਬੈਠੀ ਆ ਬਜ਼ੁਰਗ ਦਾਦੀ ਬੈਠੀ ਆ ਤਾਂ ਇਸ ਘਰ ਦਾ ਚਿਰਾਗ ਸ਼ੁਭ ਕਰਨ ਜਾਨ ਗਵਾ ਗਿਆ ਇਸ ਅੰਦੋਲਨ ਦੇ ਲਈ ਔਰ ਅੱਜ ਨਵੇਂ ਦਿਨ ਉਸਦਾ ਅੰਤਿਮ ਸੰਸਕਾਰ ਹੋਣਾ ਹੈ ਇਹ ਛੋਟੀ ਭੈਣ ਹੈ ਇਸਦੇ ਜਿਗਰੇ ਨੂੰ ਵੀ ਸਲਾਮ ਹੈ ਜਿਸ ਨੇ ਕਿਹਾ ਕਿ ਸਾਨੂੰ ਕਰੋੜ ਰੁਪਈਆ ਨਹੀਂ ਇਨਸਾਫ ਚਾਹੀਦਾ ਜਿੰਨੀ ਦੇਰ ਕਾਰਵਾਈ ਨਹੀਂ ਹੁੰਦੀ ਸਾਨੂੰ ਕਰੋੜ ਰੁਪਈਆ ਨਹੀਂ ਚਾਹੀਦਾ ਹੁਣ ਆਖਰਕਾਰ ਕਾਰਵਾਈ ਹੋਈ ਹੈ ਪਰਚਾ ਦਰਜ ਹੋਇਆ ਛੋਟੀ ਭੈਣ ਪਰਚਾ ਦਰਜ ਹੋ ਗਿਆ ਤੁਹਾਨੂੰ ਲੱਗਦਾ ਹੁਣ ਇਨਸਾਫ ਮਿਲੇਗਾ ਸਰਕਾਰ ਨੇ ਕਿਤਨੇ ਕਿਤੇ ਮਦਦ ਵੀ ਕੀਤੀ ਹੈ ਤੁਹਾਡੇ ਲਈ ਨੌਕਰੀ ਦਾ ਵੀ ਐਲਾਨ ਕੀਤਾ ਇਹਨਾਂ ਅਜਿਹੀयत ਨਹੀਂ ਠੀਕ ਇਹਨਾਂ ਦੀ ਮੈਂ ਨਹੀਂ ਬੋਲ ਸਕਦੀ ਉਹਨਾਂ ਨੂੰ ਮਰਦੀ ਨਾਲ ਗੱਲ ਕਰਨ ਤਾਂ ਪਰਿਵਾਰ ਦੀ ਸਥਿਤੀ ਅੱਜ ਐਸੀ ਹੈ ਕਿ ਜਦੋਂ ਘਰੇ ਜਵਾਨ ਪੁੱਤ ਦੀ ਲਾਸ਼ ਆਉਣੀ ਹੋਵੇ ਤਾਂ ਸ਼ਬਦ ਜਿਹੜੇ ਉਹ ਘੱਟ ਪੈ ਜਾਂਦੇ ਨੇ ਤਾਂ ਇਹ ਸਥਿਤੀ ਹੈ ਪਰਿਵਾਰ ਦੀ ਅੱਜ ਸ਼ੁਭ ਕਰਨ ਦਾ ਸੰਸਕਾਰ ਹੋਣਾ ਹੈ ਰਿਸ਼ਤੇਦਾਰ ਸਨੇਹੀ ਪਰਿਵਾਰਕ ਮੈਂਬਰ ਜਿਹੜੇ ਨੇ ਉਹ ਬੈਠੇ ਨੇ ਕਿਸਾਨ ਆਗੂ ਜਿਹੜੇ ਨੇ ਉਹ ਪਹੁੰਚ ਰਹੇ ਨੇ ਅੱਖਾਂ ਨਮ ਨੇ ਕਿਉਂਕਿ ਇਸ ਘਰ ਦੀਆਂ ਤੁਸੀਂ ਤਸਵੀਰਾਂ ਦੇਖ ਲਓ ਇਸੇ ਘਰ ਦੇ ਵਿੱਚੋਂ ਦੱਸਦੇ ਨੇ ਕਿ 2 ਦਿਨ ਪਹਿਲਾਂ ਸ਼ੁਭਕਰਨ ਗਿਆ ਸੀ ਔਰ ਐਸਾ ਗਿਆ ਕਿ ਮੁੜ ਵਾਪਸ ਨਹੀਂ ਪਰਤਿਆ ਔਰ ਖਨੌਰੀ ਬੈਰੀਅਰ ਤੇ ਸ਼ੁਭਕਰਨ ਦੀ ਸ਼ਹਾਦਤ ਹੁੰਦੀ ਹੈ ਉਸਦੇ ਗੋਲੀ ਲੱਗਦੀ ਹੈ ਅੱਜ ਇਸ ਘਰ ਦੀਆਂ ਇਹ ਗਮਗੀਨ ਤਸਵੀਰਾਂ ਅਜੀਬ ਜਿਹਾ ਸਨਾਟਾ ਇੱਕ ਅਜੀਬ ਜਿਹੀ ਸ਼ਾਂਤੀ ਪਸਰੀ ਹੈ ਜਦੋਂ ਕਿਸੇ ਘਰ ਦੇ ਵਿੱਚੋਂ ਕੋਈ ਵੀ ਜੀ ਜਾਂਦਾ ਤਾਂ ਉਹਨਾਂ ਦਾ ਦੁੱਖ ਉਹੀ ਸਮਝ ਸਕਦੇ ਆ ਤੇ ਜਿਸ ਘਰ ਦੇ ਵਿੱਚੋਂ ਗੱਭਰੂ ਪੁੱਤ ਦੀ লাশ ਉੱਠਣੀ ਹੋਵੇ ਜਿਸ ਘਰ ਦੇ ਵਿੱਚੋਂ ਹੱਸਦਾ ਖੇਡਦਾ ਗਿਆ ਗੱਭਰੂ ਪੁੱਤ লাশ ਬਣ ਕੇ ਆਵੇ ਤਾਂ ਉਸ ਘਰ ਦੇ ਕੀ ਹਾਲਾਤ ਹੋਣਗੇ ਤੁਸੀਂ ਸਹੀ ਅੰਦਾਜ਼ਾ ਲਾ ਸਕਦੇ ਹੋ ਤਾਂ ਇਹ ਕਿਸਾਨ ਆਗੂ ਬੈਠੇ ਨੇ ਪਿੰਡ ਦੇ ਲੋਕ ਬੈਠੇ ਨੇ ਰਿਸ਼ਤੇਦਾਰ ਸਨੇਹੀ ਬੈਠੇ ਨੇ ਦੁੱਖ ਸਾਂਝਾ ਕਰਨ ਦੇ ਲਈ ਪਰਿਵਾਰ ਦੇ ਨਾਲ ਕਹਿੰਦੇ ਨੇ ਕਿ ਦੁੱਖ ਦੇ ਸਮੇਂ ਜਦੋਂ ਤੁਸੀਂ ਕਿਸੇ ਨਾਲ ਦੁੱਖ ਵੰਡਦੇ ਹੋ ਤਾਂ ਥੋੜਾ ਦੁੱਖ ਹਲਕਾ ਹੁੰਦਾ ਤਾਂ ਅੱਜ ਇਹ ਸਨੇਹੀ ਇਹ ਲੋਕ ਆਏ ਨੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਇੱਧਰ ਬੀਬੀਆਂ ਬੈਠੀਆਂ ਨੇ ਛੋਟੀ ਭੈਣ ਵੱਡੀ ਭੈਣ ਬਜ਼ੁਰਗ ਦਾਦੀ ਤਾਂ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟਿਆ ਥੋੜੀ ਦੇਰ ਬਾਅਦ ਸ਼ੁਭਕਰਨ ਦੀ ਮ੍ਰਿਤਕ ਦੇਹ ਜਿਹੜੀ ਮ੍ਰਿਤਕ ਸਰੀਰ ਇਸ ਘਰ ਦੇ ਵਿੱਚ ਪਹੁੰਚਣਾ ਹੈ ਐਂਬੂਲੈਂਸ ਤੇ ਰਾਹੀ ਪਹਿਲਾਂ ਖਨੋਰੀ ਲਿਜਾਇਆ ਗਿਆ ਖਨੋਰੀ ਤੋਂ ਹੁਣ ਇੱਥੇ ਪਹੁੰਚਣਾ ਔਰ ਇਸ ਤੋਂ ਬਾਅਦ ਉਸ ਦਾ ਸੰਸਕਾਰ ਆ ਜਿਹੜਾ ਅੱਜ 9ਵੇਂ ਦਿਨ ਕੀਤਾ ਜਾਣਾ ਹੈ ਪਿੰਡ ਬੱਲੋ ਦੇ ਸ਼ਮਸ਼ਾਨਘਾਟ ਦੇ ਵਿੱਚ